ਹਾਂਜੀ ਦੋਸਤੋ, ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਜਾਣ ਮਗਰੋਂ ਹੁਣ ਬਲਕੌਰ ਸਿੰਘ ਦੇ ਘਰ ਛੋਟੇ ਸਿੱਧੂ ਨੇ ਜਨਮ ਲਿਆ ਹੈ। ਉਹਦੇ ਘਰ ਵਿੱਚ ਕਾਫੀ ਲੰਬੇ ਸਮੇਂ ਬਾਅਦ ਖੁਸ਼ੀਆਂ ਵਾਪਸ ਆਈਆਂ ਸਨ। ਪਰਿਵਾਰ ਵੀ ਕਾਫੀ ਜ਼ਿਆਦਾ ਖੁਸ਼ੀ ਮਨਾ ਰਿਹਾ ਸੀ, ਪਰ ਇਸੇ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਅਚਾਨਕ ਹੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਦਿੱਤੀ ਸੀ, ਜਿਸ ਨੂੰ ਦੇਖ ਕੇ ਸਾਰੇ ਹੀ ਹੈਰਾਨ ਰਹਿ ਗਏ ਸਨ। ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰਸ਼ਾਸਨ ਉਹਨਾਂ ਕੋਲੋਂ ਬੱਚੇ ਦੇ ਲੀਗਲ ਡਾਕੂਮੈਂਟ ਜਲਦ ਤੋਂ ਜਲਦ ਮੰਗ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਥੋੜ੍ਹਾ ਬਹੁਤਾ ਟਾਈਮ ਦੇਣਾ ਚਾਹੀਦਾ ਹੈ ਤਾਂ ਜੋ ਉਹ ਇਹਨਾਂ ਸਬੂਤਾਂ ਨੂੰ ਲੈ ਕੇ ਉਹਨਾਂ ਦੇ ਕੋਲ ਆ ਸਕੇ। ਪਰ ਜਿਸ ਤੋਂ ਬਾਅਦ ਹੁਣ ਸਿੱਧੂ ਦਾ ਜਿਗਰੀ ਯਾਰ ਵੀ ਬਹੁਤ ਜ਼ਿਆਦਾ ਗੁੱਸੇ ਵਿੱਚ ਦਿਖਾਈ ਦਿੱਤਾ ਹੈ ਅਤੇ ਉਸਨੇ ਇੱਕ ਵੀਡੀਓ ਪਾ ਕੇ ਸਾਰੀਆਂ ਹੀ ਅੰਦਰਲੀਆਂ ਗੱਲਾਂ ਦੱਸ ਦਿੱਤੀਆਂ ਹਨ। ਅਤੇ ਤੁਸੀਂ ਵੀ ਸੁਣੋ ਇਸ ਸਿੱਧੂ ਦੇ ਯਾਰ ਨੇ ਕੀ ਖੁਲਾਸੇ ਕੀਤੇ ਨੇ। ਖੌਫ, ਇਹਨੂੰ ਕਹਿੰਦੇ ਆ ਖੌਫ। ਹਜੇ ਸਿੱਧੂ ਨੂੰ ਜਨਮ ਲਏ ਨੂੰ 4 ਦਿਨ ਹੋਏ ਆ ਅਤੇ ਗੰਦੇ ਸਿਸਟਮ ਨੇ ਪਰਚੇ ਪਾਉਣ ਦੀ ਸੋਚ ਵੀ ਲਈ। ਇਹਨੂੰ ਕਹਿੰਦੇ ਜੱਟ ਦਾ ਦਬਦਬਾ।